ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਗੱਲ ਕਰਾਂਗੇ ਦੋਸਤੋ ਹੁਣ ਵਾਲੇ ਵੱਡੇ ਕਬੱਡੀ ਕੱਪਾਂ ਬਾਰੇ। ਪਹਿਲਾ ਕਬੱਡੀ ਕੱਪ ਪਿੰਡ ਆਨੰਦਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 6, 7 ਅਤੇ 8 ਅਕਤੂਬਰ 2023 ਨੂੰ ਕਰਵਾਇਆ ਜਾ ਰਿਹਾ ਹੈਗਾ, ਜਿੱਥੇ ਕਬੱਡੀ ਓਪਨ ਵਿੱਚ 4 ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਪਹਿਲਾ ਇਨਾਮ 71,000 ਅਤੇ ਦੂਜਾ ਇਨਾਮ 51,000 ਹੋਊਗਾ। ਬੈਸਟਾਂ ਨੂੰ ਦੋਸਤੋ 4 ਟਰੈਕਟਰ ਦਿੱਤੇ ਜਾਣਗੇ ਅਤੇ ਨਾਲ ਹੀ ਮਿੰਨੀ ਓਪਨ ਸਰਦੀਆਂ ਦੀਆਂ ਟੀਮਾਂ ਖੇਡਣਗੀਆਂ। ਪਹਿਲਾ ਇਨਾਮ 51,000, ਦੂਜਾ ਇਨਾਮ 41,000 ਦੋਸਤੋ। ਬੈਸਟਾਂ ਨੂੰ ਝੋਟੀਆਂ ਦਿੱਤੀਆਂ ਜਾਣਗੀਆਂ ਅਤੇ ਇੱਕ ਪਿੰਡ ਓਪਨ ਵਿੱਚ ਪਹਿਲਾ ਇਨਾਮ 51,000 ਅਤੇ ਦੂਜਾ ਇਨਾਮ 41,000, ਬੈਸਟਾਂ ਨੂੰ LEDਆਂ ਦਿੱਤੀਆਂ ਜਾਣਗੀਆਂ। ਅਗਲਾ ਕਬੱਡੀ ਕੱਪ ਖੇੜੀ ਗੁੱਜਰਾਂ ਡੇਰਾ ਬੱਸੀ ਜ਼ਿਲ੍ਹਾ ਮੋਹਾਲੀ ਵਿੱਚ 28 ਅਕਤੂਬਰ 2023 ਨੂੰ ਇੱਕ ਪਿੰਡ ਓਪਨ ਵਿੱਚ 3 ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਪਹਿਲਾ ਇਨਾਮ 51,000 ਅਤੇ ਦੂਜਾ ਇਨਾਮ 41,000, ਬੈਸਟਾਂ ਨੂੰ ਸੱਜਰ ਸੂਈਆਂ ਝੋਟੀਆਂ ਦਿੱਤੀਆਂ ਜਾਣਗੀਆਂ ਅਤੇ ਦੋਸਤੋ ਇੱਥੇ ਬੁੱਕ ਕੀਤੀਆਂ 16 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ। ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ। ਧੰਨਵਾਦ।